ਪੰਜਾਬ ਵਿੱਚ ਭਾਰੀ ਬਰਸਾਤ ਅਤੇ ਗੜੇਮਾਰੀ ਤੋਂ ਬਾਅਦ ਮੁੱਖ ਸਕੱਤਰ ਨੇ ਸੀਨੀਅਰ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਹਨ। ਜਿਸ ਤੋਂ ਬਾਅਦ ਮਾਰਕਫੈੱਡ ਦੇ MD ਗਰੀਸ਼ ਦਿਆਲਨ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ। ਇਸ ਮੌਕੇ ਗਰੀਸ਼ ਦਿਆਲਨ ਨੇ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਮੀਟਿੰਗ ਕੀਤੀ ਅਤੇ ਮੰਡੀ ਵਿੱਚ ਆਈ ਫਸਲ ਦੀ ਕੁਆਲਿਟੀ ਵੀ ਚੈੱਕ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਸੀਜ਼ਨ ਕਾਫ਼ੀ ਛੋਟਾ ਰਹੇਗਾ ਅਤੇ ਅਜੇ ਬਹੁਤ ਘੱਟ ਫਸਲ ਮੰਡੀਆਂ ਵਿੱਚ ਆਈ ਹੈ। 5 ਮਈ ਤੱਕ ਸੀਜ਼ਨ ਖਤਮ ਹੋ ਜਾਵੇਗਾ, ਜਿਸ ਨੂੰ ਦੇਖਦੇ ਹੋਏ ਪੂਰੇ ਪ੍ਰਬੰਧ ਕੀਤੇ ਗਏ ਹਨ। ਬੇਸਿਕਲੀ ਜੀ, ਸਰਕਾਰ ਦਾ ਇੱਕੋ ਪਰਪਜ਼ ਹੈ ਕਿ ਜਿੰਨੇ ਵੀ ਕਿਸਾਨ ਹੈਗੇ ਵੀਰ, ਥੋੜ੍ਹੀ ਪਿਛਲੇ ਦਿਨ ਉਹ ਥੋੜ੍ਹਾ ਜਿਹੜਾ ਮੌਸਮ ਹੈਗਾ ਮੀਂਹ ਪਿਆ ਕਈ ਜ਼ਿਲ੍ਹਿਆਂ 'ਚ, ਉਹ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਏ, ਤਾਂ ਸਾਡੀ ਸਰਕਾਰ, ਸਾਡੀ ਸਾਰੀਆਂ ਏਜੰਸੀਜ਼ ਸਾਰੀਆਂ ਫੀਲਡ 'ਚ ਹੈਗੀਆਂ। ਚੀਫ ਸੈਕਟਰੀ ਸਾਹਿਬ ਦੇ ਆਪਣੇ ਡਾਇਰੈਕਸ਼ਨ ਸੀਗੇ ਕਿ ਸਾਰੇ MDs ਵੀ ਜਾਣ ਅਤੇ ਸਾਰੇ DCs ਵੀ ਜਾਣ। ਸੋ ਦੈਟ ਸਾਡੇ 2-3 ਹੀ ਪਰਪਜ਼ ਹੈਗੇ। ਇੱਕ ਤਾਂ ਜਿਹੜੀ ਕਣਕ ਮੰਡੀ 'ਚ ਆ ਰਹੀ ਹੈ ਉਹ ਕਿਸਾਨ ਦੀ ਛੇਤੀ ਤੋਂ ਛੇਤੀ ਖਰੀਦੀ ਜਾਏ, ਜਿੱਥੇ ਕੋਈ ਮੋਇਸਚਰ ਦੀ ਪ੍ਰੋਬਲਮ ਹੈ ਅਸੀਂ ਥੋੜ੍ਹਾ ਪੰਖਾ ਲਾ ਕੇ, ਥੋੜ੍ਹਾ ਵੈਸੇ ਵੈਦਰ ਜਦੋਂ ਠੀਕ ਹੋ ਜਾਣਾ ਨਾ ਤਾਂ ਆਟੋਮੈਟਿਕਲੀ ਚੀਜ਼ਾਂ ਠੀਕ ਹੋ ਜਾਣੀਆਂ। ਹਾਂ, ਸੋ ਪੇਮੈਂਟ ਅਸੀਂ 48 hours ਨਹੀਂ, ਅਸੀਂ ਤਾਂ 24 ਘੰਟੇ 'ਚ ਤਾਂ ਇਮੀਡੀਏਟਲੀ ਕਰਕੇ ਕਿਸਾਨ ਨੂੰ ਵੇਲਾ ਕਰੀਏ। ਇਹ ਸਾਡੇ 2 ਮੰਤਵ ਹੈਗੇ। ਲਿਫਟਿੰਗ ਅਸੀਂ ਵਧਾਉਣੀ ਹੈ, ਬਟ ਲਿਫਟਿੰਗ ਦਾ ਤੁਸੀਂ ਵੀ ਜਾਣਦੇ ਹੋ ਹੁਣ ਜਿਹੜਾ ਸੀਜ਼ਨ ਹੈ ਬਹੁਤ ਹੀ ਛੋਟਾ ਹੋ ਗਿਆ, ਮਤਲਬ ਹੁਣ ਤਾਂ 20 ਤਰੀਕ ਹੋ ਗਈ, ਮਾਲ ਤਾਂ ਬਹੁਤਾ ਘੱਟ ਆਇਆ ਹੈ। ਸੋ ਉਹ ਜੋ 5 ਮਈ ਤੱਕ, ਹਾਂ 5-10-15 ਮਈ ਤੱਕ ਜਿੰਨਾ ਕੁ ਵੀ ਆਉਣਾ ਹੈਗਾ, ਅੱਗੇ ਮਾਝੇ ਵਾਲੇ ਜ਼ਿਲ੍ਹਿਆਂ 'ਚ ਥੋੜ੍ਹਾ ਲੇਟ ਆਊਗਾ, ਬਟ ਸਟਿਲ ਸਾਡਾ ਪਰਪਜ਼ ਇਹੀ ਹੈ ਐਟ ਦੀ ਐਂਡ ਆਫ ਦਾ ਡੇ ਕਿ ਕਿਸਾਨ ਨੂੰ ਕੋਈ ਦਿੱਕਤ ਨਾ ਆਏ ਔਰ ਸਾਡਾ ਜਿੰਨਾ ਜਿੰਨਾ ਮਾਲ ਹੈ ਉਹ ਚੱਕਿਆ ਜਾਏ। ਜੇ ਕਿਸੇ ਦੀ ਵੀ ਕੋਈ ਪ੍ਰੋਬਲਮ ਹੋਵੇ, ਭਾਵੇਂ ਉਹ ਆੜ੍ਹਤੀ ਹੋਣ ਚਾਹੇ ਉਹ ਹੈ, ਅਤੇ ਲੋਕਲੀ DC ਸਾਹਿਬ ਮੌਜੂਦ ਹੈਗੇ ਸਾਰੇ ਜ਼ਿਲ੍ਹਿਆਂ 'ਚ, SDM ਸਾਹਿਬ ਹੈਗੇ ਹੈਗੇ ਇੱਥੇ, ਤਾਂ ਖੰਨਾ 'ਚ ਤਾਂ ਸਭ ਤੋਂ ਵੱਡੀ ਮੰਡੀ ਹੈਗੀ ਸਟੇਟ ਦੀ। ਸਾਡੇ ਜਿਹੜੇ SDM ਹੈਗੇ ਇੱਥੇ, ਉਹ ਤਾਂ ਲੋਕਲੀ ਫੂਡ 'ਚ ਵੀ ਰਹੇ ਨੇ, ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇ। ਸਰ, ਜਿਸ ਤਰ੍ਹਾਂ ਛੋਟਾ ਸੀਜ਼ਨ ਹੋ ਗਿਆ, ਜਿਸ ਤਰ੍ਹਾਂ ਹੁਣ 10-15 ਦਿਨ ਰਹਿ ਗਏ ਨੇ, ਇਸ ਦੌਰਾਨ ਦੇਖਣ 'ਚ ਆਉਂਦਾ ਕਿ ਮੰਡੀਆਂ 'ਚ ਇੱਕਦਮ ਫਲੱਡ ਵੀ ਆ ਜਾਂਦਾ ਫਸਲ ਦਾ, ਉਸਨੂੰ ਦੇਖਦੇ ਹੋਏ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ? ਤਾਂ ਗਲੱਟ ਦਾ ਜੇ ਆਊਗਾ ਤਾਂ ਉਹਨੂੰ ਚੱਕਣ ਲਈ ਉਹ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ। ਹਾਂ, ਥੋੜ੍ਹਾ ਪੇਸ਼ੈਂਸ ਸਾਰਿਆਂ ਨੂੰ ਰੱਖਣਾ ਪਏਗਾ, ਕਿਉਂਕਿ ਹੋ ਸਕਦਾ ਹੈ ਕਿ ਵੀ ਜਦੋਂ ਮਾਲ ਆਏ ਤਾਂ ਇੱਕਦਮ ਇਮੀਡੀਏਟਲੀ ਨਾ ਚੱਕਿਆ ਜਾਏ। ਪਰ ਜਿਵੇਂ ਇਹ ਤਾਂ ਬਹੁਤ ਵੱਡੀ ਮੰਡੀ, ਇੱਥੇ ਤਾਂ ਸਟੋਰ ਕਰਨ ਦੀ ਕੋਈ ਪ੍ਰੋਬਲਮ ਨਹੀਂ ਹੈ। FCI ਨੂੰ ਵੀ ਰਿਕੁਐਸਟ ਕੀਤੀ ਹੋਈ ਹੈ ਕਿ ਇਸ ਵਾਰੀ ਕਰੀਬ ਉਹ 900 ਸਪੈਸ਼ਲ ਲਾ ਰਹੇ ਨੇ, ਸੋ ਦੈਟ ਜਿੰਨਾ ਕੁ ਮਾਲ ਆਏ ਤਾਂ ਭਾਵੇਂ ਅਸੀਂ ਡਾਇਰੈਕਟ ਡਿਲੀਵਰੀ ਰਾਹੀਂ ਦੂਜੇ ਸਟੇਟਾਂ 'ਚ ਉਹ ਭੇਜ ਦਈਏ। ਜਿਸ ਤਰ੍ਹਾਂ ਕਿਸਾਨ ਵੀ ਮੌਸਮ ਦੇਖ ਕੇ ਚਿੰਤਾ 'ਚ ਨੇ, ਕਈ ਵਾਰੀ ਜਲਦਬਾਜ਼ੀ 'ਚ ਨਾ ਫਸਲ ਦੀ ਕਟਾਈ ਕਰ ਲੈਂਦੇ, ਉਹਨਾਂ ਨੂੰ ਕਿਸਾਨਾਂ ਨੂੰ ਕੀ ਅਪੀਲ ਕਰੋਗੇ? ਦੇਖੋ, ਕਿਸਾਨਾਂ ਨੂੰ ਇਹ ਅਪੀਲ ਹੈ ਕਿ ਉਹਨਾਂ ਨੂੰ ਸਾਡੇ ਤੋਂ ਜ਼ਿਆਦਾ ਪਤਾ ਹੁੰਦਾ ਹੈ ਕਿ ਬਈ ਉਹਨਾਂ ਨੂੰ ਆਪਣੀ ਕਿਸਾਨ ਫਸਲ ਦੀ ਰਾਖੀ ਕਿਵੇਂ ਕਰਨੀ ਹੈ। ਸੋ ਇਹ ਹੈਗਾ ਕਿ ਮੌਸਮ ਵੈਸੇ ਤਾਂ ਜਿਹੜਾ ਫੋਰਕਾਸਟ ਹੈ ਉਹ ਵਧੀਆ ਹੀ ਹੈਗਾ, ਥੋੜ੍ਹਾ ਬੀਚ 'ਚ ਥੋੜ੍ਹਾ ਮੀਂਹ ਮੂੰਹ ਪੈ ਗਿਆ, ਬਟ ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਅੱਗੇ ਜਾ ਕੇ ਕੋਈ ਪ੍ਰੋਬਲਮ ਆਉਣੀ ਚਾਹੀਦੀ।